ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਅਵਰ ਚੈਨਲ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਹੋਰ ਵਧੀਆ ਜਿਹੀ ਵੀਡੀਓ ਅਤੇ ਵੀਡੀਓ ਵਧੀਆ ਹੋਣ ਦੇ ਨਾਲ ਨਾ ਡਿਫਰੈਂਟ ਵੀ ਆ ਅੱਜ ਜਿਹੜਾ ਅਸੀਂ ਤੁਹਾਨੂੰ ਫੂਡ ਦਿਖਾਵਾਂਗੇ ਮੈਂ ਤਾਂ ਨਾ ਕਦੇ ਐਵੇਂ ਕਹਾਂ ਦੇਖਿਆ ਆ ਨਾ ਕਦੇ ਸੁਣਿਆ ਆ ਅਤੇ ਇਹਨੂੰ ਲੱਭਣਾ ਤੁਹਾਨੂੰ ਬੜਾ ਮੁਸ਼ਕਿਲ ਵੀ ਨਹੀਂ ਹੈਗਾ ਅਤੇ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਨੂਰ ਮਹਿਲ ਆ ਜਿਹੜਾ ਉਹਦੀ ਹੈਗੀ ਆ ਸਰਾਂ ਉਹਦੇ ਬਿਲਕੁਲ ਓਪੋਜਿਟ ਸਾਈਡ ਹੀ ਉੱਧਰ ਉਹ ਸ਼ੌਪ ਲੱਗਦੀ ਆ स्प्रिंग रोल बर्गर अपने क्रीम बर्गर पनीर टिक्का बर्गर चीज बर्गर तंदूरी जिगजैग बर्गर स्प्रिंग रोल सैलड ज़्यादा चलता बर्गर चीज बर्गर भी ज़्यादा चलता अपनी टिक्का अपनी अपनी अरेजमेंट जिनी क्वालिटी ये अच्छा जेड़ा तुसी ये सोचा है अभी कुछ डिफरेंट जा जिमें कि तुसी स्प्रिंग रोल दिने हो काफ़ी उत्ते सैलड वगैरह पाके कितों यूनिक जा आइडिया आया थोड़ा आइडिया मुंडे ने सीखा सी फिर ना तो मतलब जो आप लाग लगे तो लावा आ गया ठीक है अपने को जरा स्प्रिंग रोल च पैत पा के देता आइस वर्क लैटस स्वीट कॉर्न पनीर तंदूरी जो कई बार आप खाने ना लोग कहते हैं रेहड़ी वाला फूड एक बार इन्हों की शॉप देखो ध्यान देना कितनी इन्होंने हाइजीनिक रखी हुई है देखो अच्छा इन्हें जी बिल्कुल साबे का लुक दे रही है देखो फीलिंग दे रही है साबे वाली एवं तो होंगे उन्हों का भी सारा तंदूरी पाई पास्ते दे ऊपर मेयोनेज़ साइड सॉस माइनस
ਸਪਰਿੰਗ ਰੋਲ ਹੈ ਤੰਦੂਰੀ ਇਹ ਹੈ ਜੀ ਇਹਨਾਂ ਦਾ ਬਰਗਰ ਬਰਗਰ ਵੀ ਆਇਆ ਇਹਨਾਂ ਨਹੀਂ ਹੈਗਾ ਇਹ ਹੈਗਾ ਬੜਾ ਯੂਨੀਕ ਜਿਹਾ ਜਿਹਦੇ ਵਿੱਚ ਕੀ ਪਾਇਆ ਹੋਇਆ ਇਹਨਾਂ ਨੇ ਪਾਸਤਾ ਆਲੂ ਟਿੱਕੀ ਦੇ ਨਾਲ ਨਾਲ ਮੈਂ ਤਾਂ ਬੜੇ ਬਰਗਰ ਸੁਣੇ ਨੇ ਕੋਈ ਆਲੂ ਟਿੱਕੀ ਵਾਲਾ ਨਿਊਡਲ ਵਾਲਾ ਬਟ ਐਵੇਂ ਦਾ ਨਹੀਂ ਸੁਣਿਆ ਦੇਖੋ ਇੱਕ ਤਾਂ ਲੋਡਡ ਬਹੁਤ ਆ ਚਲੋ ਹੁਣ ਆਪਾਂ ਇਹਦਾ ਟੇਸਟ ਕਰਦੇ ਹਾਂ ਅੱਛਾ ਗੱਡੀ 'ਚ ਬਹਿ ਕੇ ਵੀਡੀਓ ਬਣਾਉਣੀ ਥੋੜ੍ਹੀ ਜਿਹੀ ਔਖੀ ਹੋ ਜਾਂਦੀ ਹੈ ਪੱਖਾ ਲਾਓ ਹੈ ਨਾ ਜਾਂ ਏ ਸੀ ਲਾਓ ਉਹਦੀ ਆਵਾਜ਼ ਆਈ ਜਾਂਦੀ ਹੈ ਉਹ ਤੋਂ ਬਿਨਾਂ ਦੇਖੋ ਗਰਮੀ ਦੇ ਵਿੱਚ ਚਲੋ ਹੁਣ ਆਪਾਂ ਟੇਸਟ ਦੇਖਦੇ ਹਾਂ ਕਿੱਦਾਂ ਦਾ ਅਸੀਂ ਲਈ ਇਹਦੀ ਪਹਿਲੀ ਬਾਈਟ ਹੀ ਐਡਾ ਜ਼ਿਆਦਾ ਲੋਡਡ ਸੀ ਨਾ ਸਾਰਾ ਮੂੰਹ ਲਿਬੜ ਗਿਆ ਹੁਣ ਇਹਦੇ ਤੁਹਾਨੂੰ ਟੇਸਟ ਦੱਸਦੀ ਹਾਂ ਮੈਂ ਕਿੱਦਾਂ ਆ ਦੁਬਾਰਾ ਬਾਈਟ ਲੈ ਕੇ ਕਾਫੀ ਟੇਸਟੀ ਆ ਮਕੇਨ ਦੀ ਟਿੱਕੀ ਪਾਈ ਹੋਈ ਇਹਨਾਂ ਨੇ ਆਲੂ ਵਾਲੀ ਜਿਹੜੇ ਕਿ ਹਲਕਾ ਆ ਲਿਟਲ ਬਿਟ ਸਾਲਟੀ ਆ ਸਪਾਈਸੀ ਨਹੀਂ ਹੈਗਾ ਇੰਨਾ ਜੇਕਰ ਇਹਦੀ ਪਾਸਤੇ ਦੀ ਗੱਲ ਕਰੀ ਜਾਵੇ ਇਹ ਹੈਗਾ ਰੈੱਡ ਸੌਸ ਪਾਸਤਾ ਅਤੇ ਇਹਦੇ ਵਿੱਚੋਂ ਟੇਸਟ ਆ ਰਿਹਾ ਆ ਟਮੈਟੋ ਸੌਸ ਦਾ ਦੇਖੋ ਰੈੱਡ ਸੌਸ ਆ ਅਤੇ ਵਿੱਚ ਵੀ ਇਹਨਾਂ ਦੀ ਕਾਫੀ ਜ਼ਿਆਦਾ ਫਿਲਿੰਗ ਕਰੀ ਹੋਈ ਆ ਅਤੇ ਜ਼ਿਆਦਾਤਰ ਇਹ 'ਚੋਂ ਟਮੈਟੋ ਦਾ ਟੇਸਟ ਆ ਰਿਹਾ ਜਾਣੀ ਕਿ ਬਰਗਰ ਦੇ ਵਿੱਚੋਂ ਜਿਹੜੀਆਂ ਪਾਈਆਂ ਨੇ ਉਹਨਾਂ ਨੇ ਇਹਦੇ ਵਿੱਚ ਸੌਸਿਸ ਤੰਦੂਰੀ ਸੌਸ ਪਾਈ ਆ ਬਾਰਬਿਕਿਊ ਸੌਸ ਪਾਈ ਆ ਉਹਦਾ ਜਿਹੜਾ ਕਿ ਟੇਸਟ ਕਾਫੀ ਜ਼ਿਆਦਾ ਵਧੀਆ ਆ ਰਿਹਾ ਕਾਫੀ ਜ਼ਿਆਦਾ ਵਧੀਆ ਬਰਗਰ ਆ ਹੁਣ ਆਪਾਂ ਐਵੇਂ ਇਹਨਾਂ ਦੀ ਦੂਜੀ ਚੀਜ਼ ਦੇਖਦੇ ਹਾਂ ਕਿਵੇਂ ਚਲੋ ਚਲੋ ਇਹ ਨੇ ਜੀ ਇਹਨਾਂ ਦੇ ਸਪਰਿੰਗ ਰੋਲ ਐਵੇਂ ਦੇ ਸਪਰਿੰਗ ਰੋਲ ਵੀ ਮੈਂ ਨਾ ਕਦੇ ਸੁਣੇ ਨੇ ਨਾ ਕਦੇ ਖਾਧੇ ਨੇ ਕਾਫੀ ਯੂਨੀਕ ਜਿਹੇ ਨੇ ਅਤੇ ਜਦੋਂ ਅਸੀਂ ਉਹਨਾਂ ਤੋਂ ਪੁੱਛਿਆ ਜਿਵੇਂ ਕਿ ਤੁਸੀਂ ਸੁਣਿਆ ਹੀ ਆ ਵੀ ਕਿੱਥੋਂ ਆਇਆ ਇਹ ਆਈਡੀਆ ਇਹ ਉਹਨਾਂ ਨੂੰ ਆਈਡੀਆ ਦਿੱਤਾ ਜਿਹੜਾ ਉਹਨਾਂ ਦੇ ਇੱਥੇ ਹੈਲਪਰ ਰੱਖਿਆ ਹੋਇਆ ਉਹਨਾਂ ਨੇ ਉਹਦਾ ਅਤੇ ਮੈਨੂੰ ਇਹਨਾਂ ਦੇ ਸ਼ੌਪ ਦੀ ਇਹੀ ਗੱਲ ਸਭ ਤੋਂ ਜ਼ਿਆਦਾ
ਵਧੀਆ ਲੱਗੀ ਆ ਕਿ ਇਹ ਕਾਫੀ ਓਨੈਸਟ ਨੇ ਜਿਵੇਂ ਕਿ ਅਸੀਂ ਇਹਨਾਂ ਦੀ ਟਿੱਕੀ ਬਾਰੇ ਦੱਸਿਆ ਉਹ ਇਹਨਾਂ ਨੇ ਦੱਸਿਆ ਵੀ ਇਹ ਮਕੇਨ ਦੀ ਆ ਜਿਵੇਂ ਕਿ ਹੁਣ ਆਈਡੀਆ ਵੀ ਕਿਹਦਾ ਆਈਡੀਆ ਸੀ ਇਹ ਉਹਨਾਂ ਨੇ ਦੱਸਿਆ ਵੀ ਹੈਲਪਰ ਦਾ ਆ ਨਹੀਂ ਜ਼ਿਆਦਾਤਰ ਲੋਕ ਕਹਿੰਦੇ ਜੀ ਸਾਡਾ ਆਈਡੀਆ ਸੀਗਾ ਬਟ ਇਹਨਾਂ ਦੀ ਗੱਲ ਮੈਨੂੰ ਸੀਰੀਅਸਲੀ ਜਿਹੜੀ ਇਹਨਾਂ ਦੀ ਓਨੈਸਟੀ ਆ ਉਹ ਸਭ ਤੋਂ ਜ਼ਿਆਦਾ ਵਧੀਆ ਆ ਫੂਡ ਤਾਂ ਵਧੀਆ ਹੈ ਹੀ ਹੈ ਚਲੋ ਹੁਣ ਆਪਾਂ ਇਹਨਾਂ ਦੇ ਪਹਿਲਾਂ ਤਾਂ ਇਕੱਲੇ ਸਪਰਿੰਗ ਰੋਲ ਦਾ ਟੇਸਟ ਕਰਦੇ ਹਾਂ ਅਤੇ ਫਿਰ ਕਰਦੇ ਹਾਂ ਬਾਕੀ ਇਹਦੇ ਯਾਰ ਸੈਲਡ ਦੀ ਨਾ ਲੁੱਕ ਸੇਮ ਆ ਦੇਖਣ ਨੂੰ ਚਲੋ ਹੁਣ ਆਪਾਂ ਇਹਦਾ ਟੇਸਟ ਦੇਖਦੇ ਹਾਂ ਕਾਫੀ ਵਧੀਆ ਆ ਇਸ ਕਰੰਚੀ ਨਗ ਜੀ ਆਉਂਦੀ ਆ ਨਾ ਜਦੋਂ ਉਹਨਾਂ ਨੇ ਅੱਛਾ ਇੰਨੀਆਂ ਸਾਰੀਆਂ ਸੌਸਿਸ ਪਾਈਆਂ ਮੈਨੂੰ ਪਤਾ ਕੀ ਲੱਗਿਆ ਵੀ ਇੰਨੀਆਂ ਜਿਹੜੀਆਂ ਜਿਹੜੀਆਂ ਸੌਸਿਸ ਨੇ ਨਾ ਵੀ ਉਹਦੇ ਨਾਲ ਗਿੱਲੇ ਹੋ ਕੇ ਸਪਰਿੰਗ ਰੋਲ ਦਾ ਕਰੰਚ ਚਲਾ ਜਾਣਾ ਬਟ ਨਹੀਂ ਇਹਨਾਂ ਦਾ ਕਰੰਚ ਬਿਲਕੁਲ ਪ੍ਰੋਪਰ ਆ ਰਿਹਾ ਜਿਹੜਾ ਕਿ ਆਪਾਂ ਨੂੰ ਜ਼ਿਆਦਾਤਰ ਲੋਕਾਂ ਨੂੰ ਸਪਰਿੰਗ ਰੋਲ ਦੇ ਵਿੱਚ ਵਧੀਆ ਲੱਗਦਾ ਵਿੱਚ ਪਾਈਆਂ ਹੋਈਆਂ ਨੇ ਇਹਨਾਂ ਨੇ ਇਹਦੇ ਨਿਊਡਲ ਜਿਹੜੀਆਂ ਕਿ ਲਿਟਲ ਬਿਟ ਸਾਲਟੀ ਨੇ ਕੋਈ ਮਸਾਲਾ ਨਹੀਂ ਐਡ ਕਰਿਆ ਹੋਇਆ ਜਿਹੜੀਆਂ ਇਹਨਾਂ ਦੀਆਂ ਸੌਸਿਸ ਨੇ ਉਹਨਾਂ ਦਾ ਅਸਲੀ ਸਵਾਦ ਆ ਰਿਹਾ ਹੈ ਚਲੋ ਹੁਣ ਆਪਾਂ ਇੱਕ ਪੂਰੀ ਪ੍ਰੋਪਰ ਬਾਈਟ ਲੈਂਦੇ ਹਾਂ ਜਿਹਦੇ ਵਿੱਚ ਕਿ ਸਪਰਿੰਗ ਰੋਲ ਵੀ ਹੋਵੇ ਅਤੇ ਆਪ ਵੀ ਹੋਵੇ ਜ਼ਿਆਦਾ ਵੱਡੀ ਹੋ ਜਾਣੀ ਆਪਾਂ ਇੰਨਾ ਕੁ ਲੈ ਲੈਂਦੇ ਹਾਂ ਬਹੁਤ ਜ਼ਿਆਦਾ ਟੇਸਟੀ ਆ ਬਿਲਕੁਲ ਸਾਬੇ ਵਰਗਾ ਸਵਾਦ ਆ ਰਿਹਾ ਇਹਦਾ ਬਾਕੀ ਵਿਜ਼ਿਟ ਕਰਨੇ ਵਾਲੀ ਜਗ੍ਹਾ ਆ ਬਾਰਬੀਕਿਊ ਸੌਸ ਅਤੇ ਤੰਦੂਰੀ ਸੌਸ ਦਾ ਟੇਸਟ ਆ ਰਿਹਾ ਅਤੇ ਸਵੀਟ ਕੌਰਨ ਦਾ ਲਿਟਲ ਬਿਟ ਸਵੀਟ ਸਵੀਟਨੈਸ ਆ ਰਹੀ ਆ ਉਹਦੀ ਸਪਾਈਸੀਨੈਸ ਆ ਰਹੀ ਆ ਆਲ ਓਵਰ ਮਿਲਾ ਕੇ ਜਿਹੜਾ ਇੱਕ ਬਾਈਟ ਬਣ ਰਹੀ ਆ ਨਾ ਆਹ ਵਾਲੀ ਦੀ ਬੈਸਟ ਆ ਬੈਸਟ ਆ ਇੱਥੇ ਆਉਣਾ ਤਾਂ ਬਣਦਾ ਵੀ ਜ਼ਰੂਰ ਬਣਦਾ ਸਭ ਦਾ ਇੱਥੇ ਆਉਣਾ ਚਲੋ ਹੁਣ ਆਪਾਂ ਇਹਨਾਂ ਦਾ ਸੈਲਡ ਟੇਸਟ ਕਰਦੇ ਹਾਂ ਇਹ ਹੈ ਜੀ ਇਹਨਾਂ ਦਾ ਸੈਲਡ ਜਿਹੜਾ ਕਿ ਬੜਾ ਹੀ ਡਿਫਰੈਂਟ ਅਤੇ ਯੂਨੀਕ ਆ ਅਤੇ ਇਹ ਸੈਲਡ ਸਪੈਸ਼ਲੀ ਪਤਾ ਕਿਹੜੇ ਲੋਕਾਂ ਲਈ ਆ ਮੇਰੇ ਵਰਗੇ ਉਹ ਲੋਕਾਂ ਲਈ ਜਿਨ੍ਹਾਂ ਨੂੰ ਆਇਆ ਹੁੰਦਾ ਬਸ ਕੁਛ ਹੈਲਦੀ ਖਾਓ ਬਟ ਟੇਸਟੀ ਜਿਹਾ ਖਾਓ ਇਹ ਉਹ ਵਾਲਾ ਸੈਲਡ ਆ ਜਿਹਦੇ ਵਿੱਚ ਉਹਨਾਂ ਨੇ ਪਾਸਤਾ ਵੀ ਪਾ ਕੇ ਦਿੱਤਾ ਅਤੇ ਮਕੇਨ ਦੀ ਆਲੂ ਟਿੱਕੀ ਵੀ ਪਾ ਕੇ ਦਿੱਤੀ ਆ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਉਹ ਜਿਹਦੇ ਵਿੱਚ ਕਿ ਪਾਸਤਾ ਅਤੇ ਆਲੂ ਟਿੱਕੀ ਆ ਉਹ ਸੈਲਡ ਅਤੇ ਚਲੋ ਹੁਣ ਆਪਾਂ ਇਹਦਾ ਟੇਸਟ ਕਰਦੇ ਹਾਂ ਕਿਵੇਂ ਆ ਵੈਜੀਟੇਬਲ ਬਹੁਤ ਜ਼ਿਆਦਾ ਫਰੈਸ਼ ਨੇ ਕਰੰਚੀ ਬਹੁਤ ਨੇ ਅਤੇ ਟੇਸਟ ਤਾਂ ਇਹਦਾ ਬਿਲਕੁਲ ਹੀ ਸੱਚੀ ਸਾਬੇ ਦੇ ਸੈਲਡ ਵਰਗਾ ਆ ਰਿਹਾ ਬਾਕੀ ਇੱਥੇ ਆਉਣਾ ਤਾਂ ਬਣਦਾ ਆ ਅਤੇ ਕੋਈ ਜ਼ਿਆਦਾ ਇਹਨਾਂ ਨੇ ਆਏ ਨਹੀਂ ਹੈਗਾ ਵੀ ਜ਼ਿਆਦਾ ਹੀ ਆਪਦਾ ਵਧਾ ਚੜ੍ਹਾ ਕੇ ਆਪਦੇ ਬਾਰੇ ਦੱਸਿਆ ਆ ਜੋ ਉਹ ਬਣਾਉਂਦੇ ਨੇ ਉਹਨਾਂ ਨੇ ਉਹੀ ਦੱਸਿਆ ਆ ਇਹਦੇ ਬਾਰੇ ਠੀਕ ਆ ਨਾ ਜਿਵੇਂ ਕਿ ਉਹਨਾਂ ਨੇ ਦੱਸਿਆ ਵੀ ਹਾਂ ਅਸੀਂ ਇਹਦੇ ਵਿੱਚ ਮਕੇਨ ਦੀ ਟਿੱਕੀ ਪਾਉਂਦੇ ਹਾਂ ਨਹੀਂ ਜ਼ਿਆਦਾਤਰ ਲੋਕ ਕੀ ਕਹਿ ਦਿੰਦੇ ਨੇ ਵੈਸੇ ਹੀ ਆਪਦੀ ਵੀਡੀਓ ਨੂੰ ਵੀ ਅਸੀਂ ਵੀਡੀਓ 'ਚ ਆ ਰਹੇ ਹਾਂ ਉਹਦੇ ਖਾਤਰ ਅਗਲਾ ਕਹਿ ਦਿੰਦਾ ਵੀ ਨਹੀਂ ਜੀ ਅਸੀਂ ਆਏ ਹੋਏ ਅਤੇ ਜਿਹਦਾ ਇਹ ਆਈਡੀਆ ਨੇ ਉਹਨੂੰ ਵੀ ਕ੍ਰੈਡਿਟ ਦਿੱਤਾ ਵੀ ਜਿਹੜਾ ਮੇਰਾ ਹੈਲਪਰ ਆ ਇਹ ਉਹਨੇ ਹੈਲਪ ਕਰੀ ਸੀ ਸਾਡੀ ਸੋਰੀ ਵੀ ਉਹਦਾ ਆਈਡੀਆ ਸੀਗਾ ਇਹ ਬਣਾਉਣ ਦਾ ਟੇਸਟ ਨੂੰ ਫੁੱਲ ਬਟਾ ਫੁੱਲ ਲੁੱਕ ਨੂੰ ਫੁੱਲ ਬਟਾ ਫੁੱਲ ਅਤੇ ਬਾਕੀ ਕੁਆਂਟਿਟੀ ਥੋੜ੍ਹੇ ਜਿਹੇ ਪੈਸਿਆਂ ਦੇ ਵਿੱਚ ਬਾਕੀ ਬਹੁਤ ਵਧੀਆ ਹੈ ਤਾਂ ਚਲੋ ਇੱਦਾਂ ਦੀਆਂ ਜਿਹੜੀਆਂ ਗੀਆਂ ਹੋਰ ਵਧੀਆ ਵਧੀਆ ਚੀਜ਼ਾਂ ਨੇ ਨਾ ਆਪਾਂ ਆਪਦੀਆਂ ਹੋਰ ਵੀਡੀਓਜ਼ ਦੇ ਵਿੱਚ ਖਾਵਾਂਗੇ ਅਤੇ ਮਿਲਦੇ ਹਾਂ ਆਪਾਂ ਆਪਦੀ ਨੈਕਸਟ ਵੀਡੀਓ ਦੇ ਵਿੱਚ ਅਤੇ ਮੇਰੀ ਤੁਹਾਨੂੰ ਵਾਰ ਵਾਰ ਇੱਕੋ ਹੀ ਰਿਕੁਐਸਟ ਹੁੰਦੀ ਹੈ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਅਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਕਿ ਜੋ ਵੀ ਸਾਡੀ ਵੀਡੀਓ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਬਾਏ ਬਾਏ